ਭਗਵੰਤ ਮਾਨ ਦਾ ਕੁਲਤਾਰ ਸਿੰਘ ਸੰਧਵਾ ਹੋਣਾ ਨੂੰ ਕਰਾਰਾ ਝਟਕਾ। ਕਿਉਂਕਿ ਕੁਝ ਚਿਰ ਪਹਿਲਾਂ ਅਸੀਂ ਖੁਲਾਸਾ ਕੀਤਾ ਸੀ, ਸ਼ੀਤਲ ਉਮਰਾਲ ਹੋਣਾ ਨੇ ਸਾਡੇ ਚੈਨਲ ਤੇ ਖੁਲਾਸਾ ਕੀਤਾ ਸੀਗਾ ਕਿ ਕਈ MLA ਜਿਹੜੇ ਆ 27-28 ਉਹਨਾਂ ਨੇ ਗਿਣਤੀ ਜਿਹੜੀ ਆ ਉਹ ਦੱਸੀ ਸੀ, ਉਹ ਜਾ ਕੇ ਕਹਿੰਦੇ ਦਿੱਲੀ ਭਗਵੰਤ ਮਾਨ ਦੇ ਖਿਲਾਫ਼ ਮਿਲ ਕੇ ਆਏ ਸੀ ਔਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਭਗਵੰਤ ਮਾਨ ਨੂੰ ਹਟਾ ਰਹੇ ਹਾਂ। ਹੁਣ ਪਿੱਛੇ ਅਸੀਂ ਇਹ ਵੀ ਗੱਲ ਦੱਸੀ ਸੀ ਕਿ ਭਗਵੰਤ ਮਾਨ ਨੇ ਉਹਨਾਂ ਦੇ ਵਿੱਚੋਂ ਕੁਝ MLA ਜਿਹੜੇ ਉਹ ਪੱਟ ਲਏ, ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਨਾਲ ਉਹ MLA ਜਿਹੜੇ ਆ ਉਹ ਰਹੇ ਨਹੀਂ। ਹਾਲਾਂਕਿ ਕੁਲਤਾਰ ਸਿੰਘ ਸੰਧਵਾ ਨੇ ਇਹਨਾਂ ਗੱਲਾਂ ਨੂੰ ਅੱਜ ਤੱਕ ਨਕਾਰਿਆ ਵੀ ਨਹੀਂ ਹੈ, ਜੇ ਤੋਂ ਸਾਫ਼ ਹੈ ਕਿ ਗੱਲਾਂ ਸੱਚੀਆਂ ਸੀ। ਤਾਂ ਹੁਣ ਭਗਵੰਤ ਮਾਨ ਨੇ ਉਹਨਾਂ ਦੇ ਕੁਝ MLA ਸਾਥੀ ਜਿਹੜੇ ਉਹ ਪੱਟ ਲਏ ਸੀ ਤੇ ਹੁਣ ਹੋਰ ਕਰਾਰਾ ਝਟਕਾ ਕੀ ਦਿੱਤਾ ਹੈ ਔਰ ਭਗਵੰਤ ਮਾਨ ਲਈ ਰਾਹਤ ਕਿਵੇਂ ਹੈ, ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ। ਉਧਰ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਕੱਲ ਰੱਖੜ ਪੁੰਨਿਆ ਦੇ ਮੌਕੇ ਜਿੱਥੇ ਵੱਖ ਵੱਖ ਪਾਰਟੀਆਂ ਦੇ ਵੱਲੋਂ ਇੱਕ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ, ਉੱਥੇ ਹੀ ਅੰਮ੍ਰਿਤਪਾਲ ਤੇ ਸਰਬਜੀਤ ਸਿੰਘ ਖਾਲਸਾ ਹੋਰਾਂ ਦੇ ਧੜੇ ਦੇ ਵੱਲੋਂ ਵੀ ਜਿਹੜੀਆਂ ਉਹ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ, ਜਿਹਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ 20 ਅਕਤੂਬਰ ਤੱਕ ਇੱਕ ਤਾਂ ਛੱਡਿਆ ਜਾਵੇ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਔਰ ਅਲਟੀਮੇਟਮ ਉੱਥੋਂ ਤੱਕ ਦਿੱਤਾ, ਨਹੀਂ ਤਾਂ ਕਹਿੰਦੇ ਤਿੱਖਾ ਸੰਘਰਸ਼ ਲੜਨ ਦਾ ਐਲਾਨ ਜਿਹੜਾ ਕਰਾਂਗੇ। ਔਰ ਦੂਜੇ ਪਾਸੇ ਨਾਲ ਹੀ ਨਾਲ SGPC ਅਤੇ 2027 ਦੀਆਂ ਚੋਣਾਂ ਦੇ ਐਲਾਨ ਵੀ ਜਿਹੜਾ ਉਹਨਾਂ ਨੇ ਕਰਤਾ ਕਿ ਭਾਈ ਉਹ ਵੀ ਚੋਣਾਂ ਦੀਆਂ ਤਿਆਰੀਆਂ ਜਿਹੜੀਆਂ ਅਸੀਂ ਕਰ ਰਹੇ ਹਾਂ, ਕੀ ਬਣੂਗਾ ਇਹਦੇ ਵਿੱਚ, ਕਿ ਬਾਕੀ ਕਾਮਯਾਬ ਹੋਣਗੇ ਜਾਂ ਨਹੀਂ, ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਨੀ ਹੈ ਕਿ ਇਸ ਅਲਟੀਮੇਟਮ ਤੋਂ ਬਾਅਦ ਅੰਮ੍ਰਿਤਪਾਲ ਛੱਡਿਆ ਜਾਊਗਾ। ਬਹੁਤ ਅਹਿਮ ਜਿਹੜੀ ਹੈ ਚਰਚਾ ਕਰਾਂਗੇ। ਉਧਰ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਅੱਜ ਵੀ ਬਹੁਤ ਅਹਿਮ ਦਿਨ ਹੈ ਕਿਉਂਕਿ ਅੱਜ ਬਾਕੀ ਧੜੇ ਦੇ ਵੱਲੋਂ ਔਰ ਅਕਾਲੀ ਦਲ ਦੇ ਮੌਜੂਦਾ ਧੜੇ ਦੇ ਵੱਲੋਂ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਵੱਖ ਵੱਖ ਸਿਆਸੀ ਕਾਨਫਰੰਸਾਂ ਜਿਹੜੀਆਂ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਬਰਸੀ ਤੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਔਰ ਬਿਲਕੁਲ ਆਹਮੋ ਸਾਹਮਣੇ ਆ ਕੇ ਖੜੇ ਹੋ ਗਏ ਨੇ ਦੋਵੇਂ ਧੜੇ, ਕੀ ਕੁਝ ਬਣੂਗਾ ਉੱਥੇ, ਉਸ ਤੇ ਵੀ ਅਹਿਮ ਜਿਹੜੀ ਚਰਚਾ ਕਰਾਂਗੇ। ਔਰ ਨਾਲ ਹੀ ਨਾਲ ਚਰਚਾ ਕਰਾਂਗੇ ਕਾਂਗਰਸ ਦੇ 4 ਸਾਬਕਾ ਮੰਤਰੀਆਂ ਦੇ ਵਿਰੁੱਧ ਅਦਾਲਤੀ ਕਾਰਵਾਈ ਕਰਨ ਦੀ ਪ੍ਰਵਾਨਗੀ ਜਿਹੜੀ ਹੈ ਕੈਬਨਿਟ ਦੇ ਵੱਲੋਂ ਦੇ ਦਿੱਤੀ ਗਈ ਹੈ, ਕੀ ਮਸਲਾ ਉਹਦੇ ਵਿੱਚ, ਇਸ ਤੇ ਵੀ ਅਹਿਮ ਚਰਚਾ ਕਰਾਂਗੇ। ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਹੈ, ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ। ਅਣਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਭ ਜਦੋਂ ਆਪਣੇ ਚੈਨਲ ਦੇ ਉੱਪਰ ਖੁਲਾਸਾ ਕੀਤਾ ਗਿਆ ਸ਼ੀਤਲ ਉਮਰਾਲ ਹੋਰਾਂ ਦੇ ਵੱਲੋਂ ਕਿ ਭਾਈ 27-28 MLA ਜਿਹੜੇ ਉਹ ਹੈਗੇ ਆ ਜਿਹੜੇ ਅਸੀਂ ਜਾ ਕੇ ਮਿਲ ਕੇ ਆਏ ਦਿੱਲੀ ਲੌਬੀ ਨੂੰ ਸੰਦੀਪ ਪਾਠਕ ਦੇ ਨਾਲ, ਕਹਿੰਦੇ 4-4.5 ਘੰਟੇ ਜਿਹੜੀ ਮੁਲਾਕਾਤ ਹੋਈ ਹੈ, ਕੁਲਤਾਰ ਸੰਧਵਾ ਕਹਿੰਦੇ ਉਹਦੇ ਵਿੱਚ ਸੀ, ਦੇਵ ਮਾਨ ਤਾਂ ਕਹਿੰਦੇ ਉੱਥੇ ਹੋ ਹੀ ਪਏ ਸੀਗੇ, ਔਰ ਕਹਿੰਦੇ ਕਿ ਦਿੱਲੀ ਵਾਲਿਆਂ ਨੇ ਸਾਨੂੰ ਭਰੋਸਾ ਦਿੱਤਾ ਕਿ ਭਾਈ ਤੁਸੀਂ ਕੋਈ ਵੀ ਇਹੋ ਜਿਹਾ ਕਦਮ ਨਹੀਂ ਚੱਕਣਾ, ਅਸੀਂ CM ਬਦਲਣ ਬਾਰੇ ਜਿਹੜਾ ਉਹ ਸੋਚ ਰਹੇ ਹਾਂ। ਹਾਲੇ ਤੱਕ ਨਾ ਤਾਂ ਦੇਵ ਮਾਨ ਨੇ ਔਰ ਨਾ ਹੀ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਕਿਸੇ ਵੀ ਤਰੀਕੇ ਦਾ ਇਹਨੂੰ ਨਕਾਰਿਆ ਨਹੀਂ ਇਹਨਾਂ ਗੱਲਾਂ ਨੂੰ। ਔਰ ਉਧਰ ਭਾਜੜਾਂ ਜਿਹੜੀਆਂ ਭਗਵੰਤ ਮਾਨ ਨੂੰ ਵੀ ਇਸ ਤੋਂ ਬਾਅਦ ਪੈ ਗਿਆ ਸੀ ਕਿ ਵਾਕਈ ਮੇਰੇ ਪੈਰਾਂ ਹੇਠੋਂ ਜਿਹੜੀ ਉਹ ਜ਼ਮੀਨ ਖਿਸਕ ਰਹੀ ਹੈ। ਔਰ ਉਹਨਾਂ ਦਿਨਾਂ ਦੇ ਵਿੱਚ ਆਪਾਂ ਇੱਕ ਇਹ ਵੀ ਗੱਲ ਕੀਤੀ ਸੀ ਕਿ ਭਗਵੰਤ ਮਾਨ ਮੁਲਾਕਾਤਾਂ ਦੇ ਦੌਰ ਚਲਾ ਲਿਆ, ਜਿਹੜੇ ਵਿਧਾਇਕ ਗਏ ਸੀ ਕੁਲਤਾਰ ਸਿੰਘ ਸੰਧਵਾ ਹੋਰਾਂ ਦੇ ਨਾਲ ਉਹਨਾਂ ਨੂੰ ਮਨਾਉਣ ਦੇ ਲਈ, ਉਹਨਾਂ ਦੀ ਮੁਲਾਕਾਤਾਂ ਦਾ ਦੌਰ ਜਿਹੜਾ ਉਹ ਤੋੜ ਲਿਆ। ਔਰ ਆਪਾਂ ਇਹ ਵੀ ਦੱਸਿਆ ਸੀ ਕਿ ਇਹ ਵਿਧਾਇਕਾਂ ਨੂੰ ਤਾਂ SHO ਸੋਚੋ ਲਾ ਕੇ ਹੀ ਮਨਾ ਲਿਆ ਸੀ, ਕੁਝ ਨੂੰ ਤਾਂ ਉਦੋਂ ਹੀ ਮਨਾ ਲਿਆ ਸੀ, ਹੁਣ ਜਿਹੜੇ ਵੱਡੇ ਪੱਧਰ ਤੇ ਤਬਾਦਲੇ ਹੋਏ ਆ, ਕਹਿੰਦੇ ਕਿ ਵਿਧਾਇਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੋਈ ਹੈ ਔਰ ਕੁਝ ਵਿਧਾਇਕਾਂ ਦੇ ਕਹਿੰਦੇ ਹਲੇ ਹੋਰ ਅਫਸਰ ਜਿਹੜੇ ਉਹ ਲਾ ਦਿੱਤੇ ਜਾਣੇ ਆ, ਜਿਹਦੇ ਕਰਕੇ ਖੁਸ਼ ਕੀਤਾ ਜਾ ਰਿਹਾ ਵਿਧਾਇਕਾਂ ਨੂੰ ਭਗਵੰਤ ਮਾਨ ਦੇ ਵੱਲੋਂ। ਔਰ ਵਿਧਾਇਕ ਇੰਨੇ ਕੁ ਯੋਗ ਹੀ ਆ ਜਿਹੜੇ ਹਿਸਾਬ ਨਾਲ ਆਪਾਂ ਦੇਖ ਰਹੇ ਹਾਂ ਕਿ ਇਹਨਾਂ ਦੇ SHO ਲੱਗ ਗਿਆ, DSP ਲੱਗ ਗਿਆ, ਇਹ ਖੁਸ਼ ਨੇ, ਹੋਰ ਇਹਨਾਂ ਨੂੰ ਪਤਾ ਨਹੀਂ ਨਾ ਕਰਨਾ ਕੀ ਆ ਜਾਂ ਇਹਨਾਂ ਦਾ ਕੰਮ ਕੀ, ਇਹਨਾਂ ਨੂੰ ਪਤਾ ਨਹੀਂ। ਔਰ ਇੰਨੇ ਕੁ ਕੰਮ ਕਰਕੇ ਉਹਨਾਂ ਨੇ ਵਿਧਾਇਕ ਜਿਹੜੇ ਆ ਉਹ ਤੋੜ ਲਿਆ, ਕਿਵੇਂ ਦੇਖਦੇ ਹੋ? ਕਹਿੰਦੇ ਕਿ ਵਿਧਾਇਕ ਕੁਝ ਤਾਂ ਖੁਸ਼ ਕਰਦੇ ਔਰ ਕੁਝ ਕਰਦੇ ਨੇ। ਬਿਲਕੁਲ ਸੁਖਵਿੰਦਰ ਜੀ, ਬੀਤੇ ਸਮੇਂ ਤੋਂ ਇਹ ਚਰਚਾਵਾਂ ਆਮ ਸਨ ਕਿ ਜਿਹੜੇ ਵਿਧਾਇਕ ਨੇ ਮੁੱਖ ਮੰਤਰੀ ਸਾਹਿਬ ਦੇ ਨਾਲ ਅੰਦਰੋਂ ਅੰਦਰ ਨਾਰਾਜ਼ ਨੇ ਕਿਉਂਕਿ ਉਹਨਾਂ ਦੇ ਜਿਹੜੇ ਕੰਮ ਨੇ ਉਹ ਨਹੀਂ ਹੁੰਦੇ। ਔਰ ਇਹ ਵੀ ਪਤਾ ਲੱਗਾ ਕਿ ਜਿਸ ਤਰੀਕੇ ਨਾਲ ਵਿਧਾਇਕ ਚਾਹੁੰਦੇ ਨੇ ਕਿ ਆਪਣੇ ਮਨ ਮਰਜ਼ੀ ਦੇ ਅਫਸਰ ਜਿਹੜੇ ਲਵਾਏ ਜਾਣ,
ਤਾਂ ਮੁੱਖ ਮੰਤਰੀ ਸਾਹਿਬ ਨੇ ਉਸ ਸਮੇਂ ਪਿਛਲੇ ਸਮੇਂ ਦੇ ਵਿੱਚ ਵੀ ਇਸ ਚੀਜ਼ ਨੂੰ ਜ਼ਿਆਦਾ ਉਹਨਾਂ ਨੇ ਤਵੱਜੋ ਜਿਹੜੀ ਨਹੀਂ ਦਿੱਤੀ, ਜਿਸ ਕਰਕੇ ਮਾੜਾ ਜਿਹਾ ਵਿਧਾਇਕਾਂ ਅਤੇ ਮੁੱਖ ਮੰਤਰੀ ਸਾਹਿਬ ਦੇ ਵਿਚਕਾਰ ਜਿਹੜਾ ਵਾਧਾ ਗਿਆ। ਤਾਂ ਫਿਰ ਬੀਤੇ ਸਮੇਂ ਦੇ ਵਿੱਚ ਜਿਹੜੀਆਂ ਸਥਿਤੀਆਂ ਤੁਸੀਂ ਬਿਆਨ ਕਰ ਰਹੀਆਂ, ਜੇ ਕੁਲਤਾਰ ਸੰਧਵਾਂ ਦੇ ਸੰਦਰਭ ਦੇ ਵਿੱਚ ਜਿਸ ਤਰੀਕੇ ਨਾਲ ਦੇਵ ਮਾਨ ਹੁਣੀ ਗਏ ਔਰ ਉੱਥੇ ਜਾ ਕੇ ਬਹੁਤ ਕੁਝ ਹੋਇਆ, ਉਹਦੀਆਂ ਚਰਚਾਵਾਂ ਤਾਂ ਸਾਡੇ ਚੈਨਲ 'ਤੇ ਆਮ ਹੁੰਦੀਆਂ ਰਹੀਆਂ ਨੇ। ਅਤੇ ਉਸ ਤੋਂ ਮਗਰੋਂ ਇਹ ਵੀ ਗੱਲ ਕੀਤੀ ਕਿ ਬੀਤੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਖਾਸ ਤੌਰ 'ਤੇ ਲੋਕ ਸਭਾ ਦੀਆਂ ਚੋਣਾਂ 'ਤੇ ਜਿਹੜੀ ਹਾਰ, ਕਰਾਰੀ ਹਾਰ ਜਿਹੜੀ ਹੋਈ, ਉਸ ਤੋਂ ਪਤਾ ਲੱਗ ਗਿਆ ਕਿ ਵਿਧਾਇਕਾਂ ਦਾ ਜਿਹੜਾ ਜਨਤਾ ਦਾ ਇੱਕ ਵਿੱਥ ਜਿਹੜੀ ਹੈਗੀ ਹੈ, ਅਤੇ ਦੂਜੇ ਪਾਸੇ ਵਿੱਥ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਵੀ ਵਿਧਾਇਕਾਂ ਦਾ ਨਾਲ ਹੈਗੀ ਹੈ। ਨਹੀਂ ਤਾਂ 13-0 ਦੀ ਗੱਲ ਕਰਦਾ ਹੁੰਦੇ, ਜਦੋਂ 13 'ਤੇ ਅਟਕ ਗਏ ਅਤੇ ਜਦੋਂ ਵੱਖ ਵੱਖ ਹਲਕਿਆਂ ਦਾ ਦੌਰਾ ਮੁੱਖ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ, ਤਾਂ ਉੱਥੇ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੇ ਅਫਸਰਸ਼ਾਹੀ ਆ ਉਹ ਵਿਧਾਇਕਾਂ ਨੂੰ ਕੋਈ ਖਾਸ ਤਵੱਜੋ ਨਹੀਂ ਦਿੰਦੇ, ਅਤੇ ਬਲਕਿ ਕੰਮ ਜਿਹੜੇ ਕਾਂਗਰਸ ਕਹਿੰਦੇ ਹੁੰਦੇ ਆ ਜਾਂ ਅਕਾਲੀਆਂ ਦੇ ਹੁੰਦੇ ਆ। ਇਸ ਗੱਲ ਨੂੰ ਲੈ ਕੇ ਵੀ ਮੁੱਖ ਮੰਤਰੀ ਸਾਹਿਬ ਨੇ ਥੋੜ੍ਹਾ ਜਿਹਾ ਸਮੀਖਣ ਕਹਿੰਦੇ ਕੀਤਾ, ਅਤੇ ਫਿਰ ਤੁਹਾਨੂੰ ਯਾਦ ਹੋਣਾ ਕਿ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਡਿਨਰ ਡਿਪਲੋਮੇਸੀ ਕਰਦੇ ਹੁੰਦੇ ਸੀ, ਅੱਜ ਥੋੜ੍ਹੇ ਕੁ ਦਿਨ ਪਹਿਲਾਂ ਹੀ ਕੈਪਟਨ ਆਪਣੇ ਭਗਵੰਤ ਮਾਨ ਹੋਣਾ ਨੇ ਵਿਧਾਇਕਾਂ ਨੂੰ ਸੱਦ ਕੇ ਉਹਨਾਂ ਦੀਆਂ ਸ਼ਿਕਾਇਤਾਂ ਸੁਣੀਆਂ, ਉਹਨਾਂ ਨੂੰ ਲੰਚ ਜਿਹੜਾ ਉਹ ਦਿੱਤਾ, ਤੇ ਇਹ ਸਾਰਾ ਕਾਰਨ ਜਿਹੜਾ ਸੀ ਕੇਵਲ ਤੇ ਕੇਵਲ ਵਿਧਾਇਕਾਂ ਨੂੰ ਖੁਸ਼ ਕਰਨ ਦਾ ਤੇ ਆਪਣੇ ਨਾਲ ਜੋੜਨ ਦਾ। ਹੁਣ ਜਿਹੜੀਆਂ ਸਥਿਤੀਆਂ ਸਾਹਮਣੇ ਆਈਆਂ ਨੇ ਉਹ ਇਹ ਨੇ ਕਿ ਵਿਧਾਇਕ ਜਿਹੜੇ ਬੀਤੇ ਲੰਬੇ ਸਮੇਂ ਤੋਂ ਇਸ ਗੱਲੋਂ ਨਾਰਾਜ਼ ਸੀ ਕਿ ਉਹਨਾਂ ਦੇ ਹਲਕਿਆਂ ਦੇ ਵਿੱਚ ਜਿਹੜੇ ਅਫਸਰ ਆ ਉਹ ਉਹਨਾਂ ਦੀ ਮਰਜ਼ੀ ਦੇ ਨਹੀਂ ਲਾਏ ਜਾ ਰਹੇ, ਜਿਸ ਕਰਕੇ ਉਹਨਾਂ ਦੇ ਕੰਮ ਨਹੀਂ ਹੁੰਦੇ। ਤਾਂ ਹੁਣ ਕਹਿੰਦੇ ਨੇ ਮੁੱਖ ਮੰਤਰੀ ਸਾਹਿਬ ਨੇ ਥੋਕ ਦੇ ਭਾਅ ਦੇ ਵਿੱਚ ਵਿਧਾਇਕਾਂ ਨੂੰ ਖੁਸ਼ ਕਰਨ ਕਰਕੇ ਜਿਹੜੀਆਂ ਬਦਲੀਆਂ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਕੀਤੀਆਂ। ਔਰ ਇਹ ਵੀ ਪਤਾ ਲੱਗਾ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਖਾਸ ਤੌਰ ਤੇ ਪੁਲਿਸ ਦੇ ਅਧਿਕਾਰੀ ਜਿਹੜੇ ਲੰਬੇ ਨੇ ਜਾਂ ਦੂਜੇ ਪਾਸੇ ਐਸਟੀ ਵਗੈਰਾ ਵਗੈਰਾ ਜਿਹੜੇ ਮਾਰਮ ਭਾਗ ਦੇ ਉਹ ਦਾਖੀ ਜਿਹੜੇ ਅਫਸਰ ਨੇ ਉਹਨਾਂ ਦੀਆਂ ਲਿਸਟਾਂ ਵੀ ਕਹਿੰਦੇ ਉਹਨਾਂ ਨੇ ਕੋਲ ਬਣਾ ਕੇ ਰੱਖੀਆਂ ਹੈ। ਜੇਕਰ ਕੋਈ ਵਿਅਕਤੀ ਜੇਕਰ ਵਿਧਾਇਕ ਉਹਨਾਂ ਵਿਅਕਤੀਆਂ ਦੀ ਸਿਫਾਰਿਸ਼ ਕਰਦਾ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਹਾਂ ਭਾਈ ਇਹ ਬੰਦੇ ਦਾਖੀ ਨੇ, ਇਹਨਾਂ ਨੇ ਜਾਂ ਕੋਈ ਹੋਰ ਇਹਦੀ ਜਗ੍ਹਾ ਤੇ ਦੱਸੋ। ਕਹਿੰਦੇ ਮੁੱਖ ਮੰਤਰੀ ਸਾਹਿਬ ਤੇ ਇਸ ਪੱਧਰ ਤੇ ਕਰ ਰਹੇ ਨੇ, ਪਰ ਇਹ ਵੀ ਪਤਾ ਲੱਗਾ ਕਿ ਕਈ ਵਿਧਾਇਕ ਕਹਿੰਦੇ ਇਹੋ ਜਿਹੇ ਦਾਖੀ ਅਫਸਰਾਂ ਨੂੰ ਵੀ ਉਹਨਾਂ ਦੀਆਂ ਬਦਲੀਆਂ ਕਰਾਉਣ ਦੇ ਵਿੱਚ ਉਹਨਾਂ ਨੂੰ ਨਵੇਂ ਥਾਵਾਂ ਤੇ ਸੈੱਟ ਕਰਨ ਵਿੱਚ ਸਫਲ ਹੋ ਗਏ ਆ, ਜਿਹਨਾਂ ਦਾ ਲਿਸਟ 'ਚ ਮੁੱਖ ਮੰਤਰੀ ਸਾਹਿਬ ਦੀ ਲਿਸਟ 'ਚ ਜਿਹਨਾਂ ਦਾ ਨਾਂ ਹੈਗਾ। ਹੁਣ ਉਹ ਵਿਧਾਇਕ ਕਿਹੜੇ ਤਰੀਕੇ ਨਾਲ ਖੁਸ਼ ਹੋਏ ਜਾਂ ਕਿਸ ਤਰੀਕੇ ਨਾਲ ਉਹਨਾਂ ਨੇ ਨਾਂ ਪਵਾਲੇ, ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਹੀ ਹੈ, ਕਿਉਂਕਿ ਜਿਸ ਤਰੀਕੇ ਦੀ ਖ਼ਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ, ਮੁੱਖ ਮੰਤਰੀ ਸਾਹਿਬ ਨੇ ਤਾਂ ਇਨਕਾਰ ਕਰ ਦਿੱਤਾ ਕਿ ਇਹੋ ਜਿਹਾ ਕੋਈ ਵੀ ਵਿਅਕਤੀ ਜਿਹੜਾ ਸਾਹਮਣੇ ਨਾ ਆਵੇ, ਪਰ ਕਹਿੰਦੇ ਆ ਕਿ ਨਹੀਂ ਜਿਹੜੇ ਵਿਧਾਇਕ ਨੇ ਉਹ ਵੀ ਕੁਝ ਕਰਾਉਣ 'ਚ ਪਤਾ ਨਹੀਂ ਕਿਸ ਤਰੀਕੇ ਨਾਲ ਪਰ ਕਰਾਉਣ ਦੇ ਵਿੱਚ ਉਹ ਸਫਲ ਹੋ ਗਏ ਆ। ਹੁਣ 150 ਦੇ ਕਰੀਬ ਜਿਹੜੇ DSP ਬਦਲੇ ਆ, ਜਿਹੜੇ DSP ਬਦਲੇ ਗਏ, ਜਿਹੜੇ ਨਵੇਂ ਲਾਏ ਗਏ, ਉਹਨਾਂ ਦੇ ਵਿੱਚ ਪਤਾ ਲੱਗਾ ਕਿ ਕੁਝ ਵਿੱਚ ਦਾਖੀ ਕਿਰਦਾਰ ਵਾਲੇ ਵੀ ਹੈਗੇ ਨੇ। ਈਵਨ ਕਿ ਐਸਟੀਮ ਜਿਹੜੇ ਲਾਏ ਨੇ ਉਹਨਾਂ ਦੇ ਵਿੱਚ ਵੀ ਕੁਝ ਅਜਿਹੇ ਵਿਅਕਤੀ ਹਨ ਕਿ ਜਿਹਨਾਂ ਦਾ ਕਿਰਦਾਰ ਜਿਹੜਾ ਉਹ ਸ਼ੱਕੀ ਹੈਗਾ। ਔਰ ਸਭ ਤੋਂ ਜ਼ਿਆਦਾ ਭਾਰ ਕਹਿੰਦੇ ਕਿ ਪਾਵਰਕੌਮ ਦੇ ਜਿਹੜਾ ਵਿਭਾਗ ਆ ਉੱਥੇ ਦੇ ਹਰਿਆਣੇ 'ਚ, ਕਹਿੰਦੇ ਕਿ ਹਰਿਆਣੇ ਦੇ ਬੰਦਾ ਜਿਹੜਾ ਰਹਿਣ ਵਾਲਾ ਹਰਿਆਣੇ ਦਾ ਤੇ ਪੰਜਾਬ ਪਾਵਰਕੌਮ 'ਚ ਕੰਮ ਕਰਦਾ, ਤਾਂ ਵਿਧਾਇਕ ਉਸਨੂੰ ਬਿਲਕੁਲ ਬਾਰਡਰ ਦੇ ਨਾਲ ਕਿਸੇ ਹਲਕੇ 'ਚ ਉਸਨੂੰ ਜਾ ਕੇ ਨਾਮਜ਼ਦ ਕਰਵਾ ਤਾ, ਉਹਦੀ ਬਦਲੀ ਜਿਹੜੀ ਕਰਵਾ ਦਿੱਤੀ ਹੈ। ਕਹਿਣ ਦਾ ਅਰਥ ਆ ਕਿ ਇਸ ਵੇਲੇ ਜਿਹੜੀ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਨੇ ਇਹ ਵਿਧਾਇਕਾਂ ਦੇ ਕਹਿਣਾ ਤੇ ਉੱਤੇ ਜਿਹੜੀਆਂ ਥੋਕਦੀਆਂ ਭਾਅ 'ਚ ਬਦਲੀਆਂ ਕੀਤੀਆਂ ਨੇ ਜਾਂ ਉਹਨਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ, ਇਸ ਦਾ ਸਾਫ਼ ਪ੍ਰਭਾਵ ਇਹ ਆ ਕਿ ਜਿਹੜੀਆਂ ਨਵੰਬਰ ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਨੇ, ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣੀਆਂ ਜਾਂ ਸਥਾਨਕ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਨੇ, ਉਹਨਾਂ ਦੇ ਵਿੱਚ ਜਿਹੜੇ ਨੇ ਇਹ ਜਿਹੜੇ ਆਪਣੇ ਵਿਧਾਇਕ ਇਹਨਾਂ ਅਫਸਰਾਂ ਦੇ ਰਾਹੀਂ ਥੋੜ੍ਹਾ ਬਹੁਤਾ ਆਪਣੀ ਮਨਮਰਜ਼ੀ ਦਾ ਕੰਮ ਜਿਹੜਾ ਉਹ ਲੈ ਸਕਣ। ਕਿਉਂਕਿ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਲੋਕ ਸਭਾ ਦੀ ਕਰਾਰੀ ਜਦੋਂ ਹਾਰ ਹੋਈ ਤਾਂ ਇਹ ਵੀ ਗੱਲਾਂ ਸਾਹਮਣੇ ਆਈਆਂ ਸੀ ਕਿ ਹਾਂ ਭਾਈ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਉਸ ਤਰੀਕੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮਦਦ ਨਹੀਂ ਕੀਤੀ, ਜਿਸ ਤਰੀਕੇ ਨਾਲ ਬੀਤੇ ਸਮੇਂ 'ਚ ਜਿਹੜੀ ਅਫਸਰਸ਼ਾਹੀ ਆ ਪੱਬਾਂ ਭਾਰ ਹੋ ਕੇ ਸੱਤਾਧਾਰੀ ਧਿਰ ਦੇ ਵਿਅਕਤੀਆਂ ਦੀ ਸੇਵਾ ਕਰਦੀ ਰਹੀ ਹੈ ਜਾਂ ਉਹਨਾਂ ਦੀ ਮਨਮਰਜ਼ੀ ਚੋਣਾਂ ਦੇ ਵਿੱਚ ਅਸਿੱਧੇ ਤਰੀਕੇ ਨਾਲ ਸਹਾਇਤਾ ਕਰਦੇ ਰਹੇ ਆ। ਤਾਂ ਸ਼ਾਇਦ ਇਸੇ ਹੀ ਕਾਰਨ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਇਹ ਜੋ ਕੁਝ ਹੁਣ ਕੀਤਾ ਕਿ ਵਿਧਾਇਕਾਂ ਨੂੰ ਵੀ ਖੁਸ਼ ਕਰ ਲਿਆ ਤੇ ਉਹਨਾਂ ਦੀ ਮਨਮਰਜ਼ੀ ਦੇ ਅਫਸਰ ਵੀ ਜਿਹੜੇ ਲਾ ਦਿੱਤੇ ਗਏ ਆ, ਤਾਂ ਜੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ
ਜਿਹੜੀਆਂ ਪੰਚਾਇਤੀ ਚੋਣਾਂ 'ਚ ਇਹਨਾਂ ਦਾ ਫਾਇਦਾ ਜਿਹੜਾ ਉਹ ਲਿਆ ਜਾ ਸਕੇ। ਹੁਣ ਇਹ ਵੇਖਣਾ ਕਿ ਇਹ ਚੀਜ਼ ਦੇ ਉੱਤੇ ਵਿਰੋਧੀ ਜਿਹੜੇ ਨੇ ਉਹ ਕਿਸ ਤਰੀਕੇ ਦੇ ਸੁਰ ਰੱਖਦੇ ਜਾਂ ਕੀ ਆਖਦੇ ਨੇ, ਕਿਉਂਕਿ ਬੀਤੇ ਸਮੇਂ ਦੇ ਵਿੱਚ ਵੀ ਜਦੋਂ ਬਦਲੀਆਂ ਹੋਈਆਂ ਸੀ ਸਿੱਧੂ ਸਾਹਿਬ ਤਾਂ ਉਦੋਂ ਵੀ ਇਹ ਗੱਲ ਉੱਠੀ ਸੀ, ਖਾਸ ਤੌਰ 'ਤੇ ਜਲੰਧਰ ਦੀ ਜੀਵਨੀ ਚੋਣ ਜਾਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਕਿ ਮੁੱਖ ਮੰਤਰੀ ਸਾਹਿਬ ਨੇ ਇਸ ਕਰਕੇ ਅਫਸਰਾਂ ਦੇ ਤਬਾਦਲੇ ਕੀਤੇ ਨੇ ਕਿ ਅਫਸਰਸ਼ਾਹੀ ਉਹਨਾਂ ਦੇ ਹੱਕ 'ਚ ਭੁਗਤੀ ਨਹੀਂ। ਖੈਰ ਇਹ ਜਿਹੜੀ ਸਥਿਤੀ ਅੱਜ ਬਿਆਨ ਕੀਤੀ ਆ, ਇਹ ਤਾਂ ਮੁੱਖ ਮੰਤਰੀ ਸਾਹਿਬ ਨੇ ਇੱਕ ਤੀਰ ਦਾ ਦੋ ਨਿਸ਼ਾਨੇ ਜਿਹੜੇ ਉਹ ਫੁੰਡੇ ਆ, ਵਿਧਾਇਕਾਂ ਨੂੰ ਵੀ ਖੁਸ਼ ਕਰ ਲਿਆ, ਆਪਣਾ ਧੜਾ ਵੀ ਮਜ਼ਬੂਤ ਕਰ ਲਿਆ ਤੇ ਨਾਲ ਹੀ ਨਾਲ ਪੰਚਾਇਤੀ ਚੋਣਾਂ ਦੇ ਵਿੱਚ ਇੱਕ ਕਿਸਮ ਦਾ ਰਸਤਾ ਵੀ ਜਿਹੜਾ ਉਹਨਾਂ ਨੇ ਪਤਾ ਜਿਹੜਾ ਉਹ ਕੱਟ ਲਿਆ। ਜੀ ਬਿਲਕੁਲ ਬਿਲਕੁਲ, ਇਹ ਆਪਾਂ ਅੱਗੇ ਵੀ ਗੱਲ ਕੀਤੀ ਸੀ ਲਿਸਟਾਂ ਵਾਲੀ, ਹੁਣ ਗੱਲਾਂ ਜਿਹੜੀਆਂ ਬਾਹਰ ਆਉਣ ਲੱਗ ਗਈਆਂ ਨੇ। ਔਰ ਆਪਾਂ ਪਹਿਲਾਂ ਵੀ ਇਹ ਲਿਸਟ ਵਾਲੀ ਗੱਲ ਜਿਹੜੀ ਦੱਸਦੀ ਸੀ ਕਿ 100 ਦਾਗੀ ਅਫਸਰਾਂ ਦੀ ਜਿਹੜੀ ਲਿਸਟ ਬਣਾ ਲਈ ਹੋਈ ਹੈ, ਔਰ ਭਗਵੰਤ ਮਾਨ ਸਿਰਫ ਇਹਨਾਂ ਵਿਧਾਇਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਹੀ ਆ ਕਿ ਇਸ ਤਰੀਕੇ ਨਾਲ ਖੁਸ਼ ਕਰਕੇ, ਕਿਉਂਕਿ ਹੈ ਤਾਂ ਵਿਧਾਇਕ ਆਪਾਂ ਦੇਖਿਆ ਕਿ ਬਹੁਤੇ ਵਿਧਾਇਕ ਇੰਨੇ ਕੁ ਜੋ ਗਈ ਹੈ ਕਿ ਭਾਈ ਇੰਨੇ ਕੁ ਨਾਲ ਹੀ ਖੁਸ਼ ਹੋਣ ਵਾਲੇ ਬੰਦੇ ਆ, ਕੋਈ ਪੰਜਾਬ ਦੇ ਜਾਂ ਲੋਕਾਂ ਦੇ ਮੁੱਦਿਆਂ ਦੇ ਲਈ ਉਹਨਾਂ ਦੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ, ਨਾ ਉਹਨਾਂ ਨੇ ਲੜਨਾ, ਸਿਰਫ ਆਪਣੇ ਅਫਸਰ ਲੱਗਣ ਉਹਨਾਂ ਤੋਂ ਚਾਰ ਜਿਹੜਾ ਉਹ ਮਹੀਨਾ ਦੇ ਵਾਰ ਪੈਸੇ ਲਏ ਜਾਣ, ਉਹਨਾਂ ਨੂੰ ਕਹਿ ਕਹਿ ਕੇ ਗਲਤ ਸਹੀ ਕੰਮ ਕਰਾਏ ਜਾਣ, ਬਸ ਇੰਨੇ ਕਾਲੀ ਇਹ। ਔਰ ਲੱਗਦਾ ਕਿ ਇਹ ਇਸ ਤਰੀਕੇ ਨਾਲ ਮੁੱਖ ਮੰਤਰੀ ਜਿਸ ਤਰੀਕੇ ਨਾਲ ਖੁਸ਼ ਕੀਤੇ ਆ, ਔਰ ਇਹਦੇ ਨਾਲ ਮੁੱਖ ਮੰਤਰੀ ਇਹ ਸਮਝ ਸਕਦੇ ਆ ਕਿ ਭਾਈ ਠੀਕ ਆ ਇਹ ਮੇਰੇ ਨਾਲ ਪੱਕੇ ਤੌਰ ਤੇ ਲੱਗ ਗਏ ਆ, ਹਾਲਾਂਕਿ ਹੋ ਵੀ ਸਕਦਾ ਕਿ ਲੱਗ ਹੀ ਜਾਣ ਤੇ ਕਈ ਇਸ ਤਰੀਕੇ ਕਰਕੇ ਵੀ ਕਈ ਜਿਹੜੇ ਉਹ ਨਾਲ ਨਹੀਂ ਲੱਗਦੇ। ਕਿੰਨਾ ਕੁ ਖਤਰਾ ਜਿਹੜਾ ਤੋੜ ਲਿਆ ਮੈਨੂੰ ਕਾਫੀ ਲੱਗ ਰਿਹਾ ਕਿ ਮੁੱਖ ਮੰਤਰੀ ਨੇ ਕਾਫੀ ਆਪਣੇ ਉੱਪਰ ਜਿਹੜਾ ਮੰਡਰਾ ਰਿਹਾ ਬਗਾਵਤ ਦਾ ਖਤਰਾ ਸੀ ਉਹ ਕਾਫੀ ਹੱਦ ਤੱਕ ਸਾਂਭ ਲਿਆ। ਸੁਖਵਿੰਦਰ ਜੀ ਜਿਹੜੇ ਹਾਲਾਤ ਨੇ ਉਹ ਤਾਂ ਸਭ ਨੇ ਇਹੋ ਹੀ ਸਾਬਤ ਕਰਦੇ ਆ ਕਿ ਜਿਸ ਤਰੀਕੇ ਨਾਲ ਵਿਰੋਧੀ ਸੁਰਾਂ ਪਾਰਟੀ ਦੇ ਵਿੱਚੋਂ ਮੁੱਖ ਮੰਤਰੀ ਭਗਵੰਤ ਹੋਣਾ ਦੇ ਮਾਨ ਹੋਣਾ ਦੇ ਖਿਲਾਫ਼ ਉੱਠੜੀਆਂ ਸ਼ੁਰੂ ਹੋ ਗਈਆਂ ਸੀ ਜਾਂ ਵਿਰੋਧੀ ਇੱਕ ਕਿਸਮ ਦੇ ਇਕੱਠੇ ਜਿਹੜੇ ਸ਼ੁਰੂ ਹੋ ਗਏ ਸੀ, ਤਾਂ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਇਹ ਆਪਣੇ ਨਾਲ ਜੇਕਰ ਵੱਡੇ ਰੱਖਣੇ ਆ ਤਾਂ ਫਿਰ ਉਹਨਾਂ ਨੂੰ ਕੁਛ ਤਾਂ ਕਰਨਾ ਹੀ ਪਊਗਾ, ਕਿਉਂਕਿ ਬੀਤੇ ਸਮੇਂ ਦੇ ਵਿੱਚ ਵੀ ਤੁਸੀਂ ਵੇਖ ਲਓ ਭਾਈ ਕੈਪਟਨ ਅਮਰਿੰਦਰ ਸਿੰਘ ਹੋਣੀ ਤੇ ਚਾਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣੀ ਹੋਣ, ਜਦੋਂ ਉਹਨਾਂ ਦੀਆਂ ਸਰਕਾਰਾਂ 'ਚ ਹੁੰਦੇ ਸੀ ਉਦੋਂ ਵੀ ਇਹੋ ਜਿਹਾ ਕੁਝ ਹੁੰਦਾ ਰਿਹਾ। ਖਾਸ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਦਾ ਤੁਸੀਂ ਦੇਖ ਲਓ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਾਂ ਇਹੋ ਜਿਹੇ ਬੰਦੇ ਕਿੰਨੇ ਉਹਨਾਂ ਦੇ ਖਾਸਮ ਖਾਸ ਹੁੰਦੇ, ਪਰ ਜਦੋਂ ਤੋਂ ਖਾ ਦਿੱਤਾ ਇਹਨਾਂ ਬੰਦੇ ਨੇ ਦਿੱਤਾ ਜੀ ਠੀਕ ਆ, ਮੁੱਖ ਮੰਤਰੀ ਸਾਹਿਬ ਨੇ ਫਿਲਹਾਲ ਦੀ ਸਥਿਤੀ ਜਿਹੜੀ ਆ ਉਹ ਸਾਂਭ ਲਈ ਆ, ਵਿਧਾਇਕਾਂ ਨੂੰ ਖੁਸ਼ ਕਰ ਲਿਆ, ਆਪਣਾ ਧੜਾ ਜਿਹੜਾ ਮਜ਼ਬੂਤ ਜਿਹੜਾ ਉਹ ਜ਼ਰੂਰ ਕਰ ਲਿਆ ਹੋਊਗਾ। ਪਰ ਸਿੱਧੂ ਸਾਹਿਬ ਇਹ ਜਿਹੜੇ ਵਿਧਾਇਕ ਹੁੰਦੇ ਨੇ ਭਾਈ ਉਹ ਕਾਂਗਰਸੀ ਹੋਣ ਭਾਏ ਭਾਜਪਾ ਹੀ ਹੋਣ ਅਕਾਲੀ ਹੋਣ, ਇਹ ਸਿਰਫ ਤੇ ਸਿਰਫ ਕੁਰਸੀ ਦਾ ਵੱਜੇ ਹੁੰਦੇ ਆ, ਜਦੋਂ ਕੁਰਸੀ ਬਦਲਦੀ ਆ ਬੰਦੇ ਮਿੰਟ ਨਹੀਂ ਲਾਉਂਦੇ ਕਿ ਦੂਜੇ ਪਾਸੇ ਜਾਣ ਵਾਸਤੇ। ਉਹੋ ਜਿਹੀਆਂ ਸਥਿਤੀਆਂ ਜਿਹੜੀਆਂ ਪਿਛਲੇ ਸਮੇਂ 'ਚ ਹੁੰਦੀਆਂ ਰਹੀਆਂ ਨੇ, ਕਿਉਂਕਿ ਬੰਦੇ ਤਾਂ ਸਿੱਧੂ ਸਾਹਿਬ ਕਾਂਗਰਸ ਦੇ ਵਿੱਚੋਂ ਵੀ ਪੁੱਟ ਗਏ ਕਿ ਅਕਾਲੀਆਂ ਦੇ ਵਿੱਚ ਹੋਏ, ਬੰਦੇ ਤਾਂ ਉਹੀ ਆ, ਕੇਵਲ ਪੱਗਾਂ ਦੇ ਰੰਗ ਹੀ ਬਦਲੇ ਆ, ਪਹਿਲਾਂ ਚਿੱਟੀਆਂ ਸੀ ਜਾਂ ਨੀਲੀਆਂ ਸੀ ਤੇ ਹੁਣ ਬਸੰਤੀ ਦੇ ਰੰਗ, ਗੱਲ ਤਾਂ ਪੱਗਾਂ ਦੇ ਰੰਗ ਮਤਲਬ ਬੰਦੇ ਤੇ ਉਹੀ ਆ। ਠੀਕ ਆ, ਮੁੱਖ ਮੰਤਰੀ ਸਾਹਿਬ ਨੇ ਹਾਲ ਦੀ ਘੜੀ ਤਾਂ ਇੱਕ ਵਾਰੀ ਇਹ ਆਪਣੇ ਵਿਧਾਇਕਾਂ ਨੂੰ ਖੁਸ਼ ਕਰਕੇ ਆਪਣੇ ਨਾਲ ਇੱਕ ਧੜਾ ਬਣਾਉਣ ਦੀ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕੀਤੀ ਆ, ਪਰ ਇਹ ਵੇਖਣਾ ਕਿ ਇਹਦੇ ਵਿੱਚੋਂ ਕਿੱਥੋਂ ਤੱਕ ਸਫਲ ਹੁੰਦੇ ਆ, ਕਿਉਂਕਿ ਜਿਸ ਤਰੀਕੇ ਨਾਲ ਦਿੱਲੀ ਦੀ ਲੀਡਰਸ਼ਿਪ ਜਾਂ ਦਿੱਲੀ ਦੀ ਹਾਈਕਮਾਨ ਦੇ ਵਿਚਕਾਰ ਮੁੱਖ ਮੰਤਰੀ ਦੇ ਵਿਚਕਾਰ ਇੱਕ ਪਾੜਾ ਜਿਹੜਾ ਵੱਧਦਾ ਜਾ ਰਿਹਾ, ਤਾਂ ਉਸ ਪਾੜੇ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਇਹ ਵਿਧਾਇਕ ਕਿੰਨਾ ਕੁ ਚਿਰ ਤੱਕ ਮੁੱਖ ਮੰਤਰੀ ਸਾਹਿਬ ਦੇ ਨਾਲ ਰਹਿੰਦੇ ਆ ਜਾਂ ਡਟੇ ਰਹਿਣਗੇ, ਜਾਂ ਬੀਤੇ ਸਮੇਂ ਦੇ ਵਾਂਗੂ ਇਹ ਵੀ ਪਾਲਾ ਜਿਹੜਾ ਬਦਲ ਸਕਦੇ ਆ। ਪਰ ਫਿਲਹਾਲ ਮੁੱਖ ਮੰਤਰੀ ਸਾਹਿਬ ਆਪਣੇ ਨਾਲ ਵਿਧਾਇਕਾਂ ਨੂੰ ਖੁਸ਼ ਕਰਕੇ ਆਪਣੇ ਨਾਲ ਰੱਖਣ 'ਚ ਜ਼ਰੂਰ ਜਿਹੜੇ ਉਹ ਸਫਲ ਜਿਹੜੇ ਆ ਹੁੰਦੇ ਪ੍ਰਤੀਕ ਦਿਖਾਈ ਦੇ ਰਹੇ। ਚਲੋ ਉੱਧਰ ਨਾਲ ਦੀ ਨਾਲ ਜੇ ਗੱਲਬਾਤ ਆਪਾਂ ਅਣਖੀ ਸਾਹਿਬ ਇਸ ਵਿਸ਼ੇ ਤੇ ਵੀ ਕਰੀਏ, ਕਿਉਂਕਿ ਕੱਲ ਜਿਸ ਤਰੀਕੇ ਦੇ ਨਾਲ ਰੱਖੜ ਪੁੰਨਿਆ ਦੇ ਮੌਕੇ ਦੇ ਉੱਪਰ ਕਾਨਫਰੰਸ ਜਿਹੜੀ ਉੱਥੇ ਹੋਈਆਂ ਨੇ, ਔਰ ਉਹਦੇ ਵਿੱਚ ਬੇਸ਼ੱਕ ਕਾਂਗਰਸ ਨੇ ਜਿਹੜੀ ਕਾਨਫਰੰਸ ਨਹੀਂ ਕੀਤੀ ਉਹਦੇ ਤੇ ਵੀ ਕਾਫੀ ਚਰਚਾਵਾਂ ਨੇ ਕਿ ਕਿਉਂ ਨਹੀਂ ਕੀਤੀ, ਹਾਲਾਂਕਿ ਅਕਾਲੀਆਂ ਨੇ ਅਲੱਗ ਕੀਤੀ ਹੈ ਔਰ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਕੀਤੀ ਹੈ। ਔਰ ਅਹਿਮ ਜਿਹੜੇ ਐਲਾਨ ਆ ਉਹ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਜਿਹੜੇ ਉੱਥੇ ਮਾਫ ਕਰਨਾ ਜਿਹੜੀ ਅਕਾਲੀ ਦਲ ਦੀ ਕਾਨਫਰੰਸ ਸੀਗੀ ਉੱਥੇ ਵੀ ਜਿਹੜੇ ਅਹਿਮ ਐਲਾਨ ਜਿਹੜੇ ਹੋਏ ਆ, ਔਰ ਐਲਾਨ ਜਿਹੜੇ
ਇੱਧਰ ਅੰਮ੍ਰਿਤਪਾਲ ਧੜੇ ਦੇ ਵੱਲੋਂ ਵੀ ਜਿਹੜੇ ਉਹ ਕੀਤੇ ਗਏ ਉਹਦੇ ਤੇ ਬਹੁਤ ਸਾਰੇ ਲੋਕ ਪਹੁੰਚੇ ਸੀਗੇ। ਉਹਨਾਂ ਨੇ ਇਹ ਗੱਲਾਂ ਕਹਿ ਦਿੱਤੀਆਂ ਨੇ ਕਿ ਭਾਈ 27 ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੀ ਵੀ ਤਿਆਰੀ ਕਰ ਰਹੇ ਹਾਂ, SGPC ਚੋਣਾਂ ਦੀ ਵੀ ਕਰ ਰਹੇ ਹਾਂ, ਔਰ ਖਾਸ ਤੌਰ ਤੇ 20 ਅਕਤੂਬਰ ਤੱਕ ਜਿਹੜਾ ਉਹਨਾਂ ਨੇ ਅਲਟੀਮੇਟਮ ਦਿੱਤਾ ਹੈ ਕਿ ਭਾਈ ਜੇਕਰ ਅੰਮ੍ਰਿਤਪਾਲ ਨੂੰ ਤੱਕ ਨਾ ਛੱਡਿਆ ਗਿਆ ਤਾਂ ਫਿਰ ਅਸੀਂ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਜਾਂ ਹਰਿਮੰਦਰ ਸਾਹਿਬ ਤੋਂ ਉੱਥੋਂ ਵੋਟ ਆਸਰਾ ਲੈ ਕੇ ਅਸੀਂ ਜਿਹੜਾ ਉਹ ਵੱਡੇ ਪੱਧਰ ਤੇ ਸੰਘਰਸ਼ ਜਿਹੜਾ ਉਹ ਲਿਖਾਂਗੇ। ਲੱਗਦਾ ਕਿ ਇਹਦੇ ਨਾਲ ਕੋਈ ਫਰਕ ਪਊਗਾ ਸਰਕਾਰਾਂ ਨੂੰ, ਔਰ ਜਿਹੜੀ ਇਹ ਨਵੀਂ ਵਿਉਂਤਬੰਦੀ 27 ਦੇ ਲਈ ਘੜੀ ਜਾ ਰਹੀ ਹੈ ਕਿ ਇਹਦੇ ਨਾਲ ਅਕਾਲੀ ਦਲ ਨੂੰ ਵੀ ਪੰਥਕ ਰੂਪ ਦੇ ਵਿੱਚ ਫਰਕ ਪਊਗਾ। ਹਾਲਾਂਕਿ ਕੱਲ ਉਧਰੋਂ ਜਿਹੜੇ ਗੁਰਦੀਪ ਸਿੰਘ ਹੁਰੀ ਜਿਹੜੇ ਬੰਦੀ ਸਿੰਘ ਨੇ ਜਿਹੜੇ ਆਏ ਹੋਏ ਪਰੋਲ ਤੇ, ਉਹਨਾਂ ਨੇ ਵੀ ਬਹੁਤ ਵੱਡੇ ਖੁਲਾਸੇ ਕਰਕੇ ਬਹੁਤ ਸਾਰੇ ਲੋਕਾਂ ਨੇ ਚਿਹਰੇ ਨੰਗੇ ਕੀਤੇ ਹੈ, ਪਰ ਕਿਵੇਂ ਦੇਖਦੇ ਹੋ ਉੱਥੇ ਜੋ ਕੁਝ ਹੋਇਆ ਕਰ। ਆ ਸਤਿੰਦਰ ਜੀ, ਰੱਖੜ ਪੁੰਨਿਆ ਤੇ ਕਾਨਫਰੰਸਾਂ, ਸਿਆਸੀ ਕਾਨਫਰੰਸਾਂ ਬੀਤੇ 'ਚ ਵੀ ਹੁੰਦੀਆਂ ਰਹੀਆਂ ਤੇ ਕੱਲ੍ਹ ਵੀ ਹੋਈਆਂ। ਜਿਸ ਤਰੀਕੇ ਨਾਲ ਅਸੀਂ ਪਰਸੋਂ ਗੱਲ ਕੀਤੀ ਸੀ, ਜਿਹੜੀ ਖਾਸ ਨਜ਼ਰ ਆ ਉਹ ਵਾਰਸ ਪੰਜਾਬੀ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਗਰੁੱਪ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀ ਪੰਥਕ ਇਕੱਤਰਤਾ ਦਾ, ਮੈਂ ਕਿਹਾ ਸੀ ਕਿ ਉਹਦੇ ਉੱਤੇ ਧਿਆਨ ਕੇਂਦਰਿਤ ਜ਼ਰੂਰ ਟਿਕਿਆ ਰਹਿੰਦਾ, ਤਾਂ ਉਹੀ ਕੁਝ ਹੋਇਆ ਕਿਉਂਕਿ ਉਸ ਜਿਹੜਾ ਜਿਹੜੀ ਇਸ ਜਥੇਬੰਦੀ ਵੱਲੋਂ ਜਿਹੜੀ ਪੰਥਕ ਇਕੱਤਰਤਾ ਕੀਤੀ ਕਿ ਮਾਝੇ ਦੇ ਇਲਾਕੇ ਦੇ ਵਿੱਚੋਂ ਭਾਰੀ ਗਿਣਤੀ ਦੇ ਵਿੱਚ ਲੋਕ ਸਿੱਧੂ ਸਾਹਿਬ ਉੱਥੇ ਮੌਜੂਦ ਸਨ, ਈਵਨ ਕਿ ਵਾਰਸ ਪੰਜਾਬ ਦੀ ਜਥੇਬੰਦੀ ਦੇ ਦੀਪ ਸੁੱਧਾ ਦਾ ਭਰਾ ਵੀ ਉੱਥੇ ਸੀ, ਔਰ ਇਸ ਪੰਥਕ ਇਕੱਤਰਤਾ ਦੇ ਵਿੱਚ 6 ਮਤੇ ਜਿਹੜੇ ਨੇ ਉਹ ਪਾਸ ਕੀਤੇ ਗਏ ਨੇ, ਜਿਹਨਾਂ ਦੇ ਵਿੱਚ ਤੇ ਇੱਕ ਬੱਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਦੂਜਾ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਮੁੱਦੇ ਨੂੰ ਜਿਸ ਤਰੀਕੇ ਨਾਲ 20 ਤਰੀਕ ਦਾ ਅਲਟੀਮੇਟਮ ਦਿੱਤਾ ਗਿਆ ਕਿ ਹਾਂ ਭਾਈ ਉਦੋਂ ਤੱਕ ਛੱਡਿਆ ਜਾਏ, ਨਾ ਛੱਡਿਆ ਗਿਆ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾ ਕੇ ਇੱਕ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਤਿੱਖਾ ਸੰਘਰਸ਼ ਜਿਹੜਾ ਉਹ ਸ਼ੁਰੂ ਕੀਤਾ ਜਾਵੇਗਾ। ਇਹਦੇ ਨਾਲ ਹੀ ਨਾਲ ਕਿਸਾਨੀ ਮੁੱਦਿਆਂ ਦੀ ਵੀ ਗੱਲ ਜਿਹੜੀ ਉਹ ਕੀਤੀ ਗਈ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਕਿ ਹਾਂ ਭਾਈ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਡੱਕਿਆ ਜਾ ਰਿਹਾ ਉਹ ਵੀ ਸ਼ੰਭੂ ਬਾਰਡਰ ਖੋਲ੍ਹਣ ਦੀ ਜਿਹੜੀ ਗੱਲਾਂ ਬਾਤਾਂ ਕੀਤੀਆਂ ਗਈਆਂ, ਤੇ ਨਾਲ ਹੀ ਨਾਲ ਪਾਣੀਆਂ ਦੀ ਵੱਟ 'ਚ ਹੋਰ ਮੁੱਦਾ, ਔਰ ਈਵਨ ਕਿ ਨਸ਼ਿਆਂ ਦੇ ਖਾਤਮੇ ਦੇ ਸੰਬੰਧੀ ਵੀ ਮਤਾ ਜਿਹੜਾ ਆ ਸਿੱਧੂ ਸਾਹਿਬ ਪਾਸ ਕੀਤਾ ਗਿਆ। ਔਰ ਨਾਲ ਹੀ ਨਾਲ ਇੱਕ ਜਿਹੜੀ ਖਾਸ ਗੱਲ ਜਿਹੜੀ ਸੀ ਉਹ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ, ਕਿ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਹਾਂ ਭਾਈ ਜਲਦੀ ਤੋਂ ਜਲਦੀ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ। ਉਹਨਾਂ ਨੇ ਨਾਲ ਇਹ ਗੱਲ ਕੀਤੀ ਕਿ ਬੀਤੇ ਸਮੇਂ ਦੇ ਵਿੱਚ ਜੇਕਰ ਅਕਾਲੀ ਦਲ ਔਰ ਭਾਜਪਾ ਆਪਸ ਦੇ ਵਿੱਚ ਇੱਕ ਸਾਜਿਸ਼ ਦੇ ਤਹਿਤ ਇਹ ਚੋਣਾਂ ਜਿਹੜੀਆਂ ਨਹੀਂ ਹੋਣ ਦੇ ਰਹੇ, ਜਿਸ ਕਰਕੇ ਗੁਰਦੁਆਰਿਆਂ ਦਾ ਜਾਂ ਸਿੱਖ ਸੰਸਥਾਵਾਂ ਦਾ ਜਿਹੜਾ ਪ੍ਰਬੰਧ ਆ ਇਹ ਅਸੀਂ ਕਹਿ ਸਕਦੇ ਕਿ ਇਸ ਸਾਛੀ ਦੇ ਮਾਹੌਲ ਦੇ ਨਾਲ ਅਕਾਲੀ ਦਲ ਆਪਣੇ ਹੱਥ ਵਿੱਚ ਰੱਖ ਰਿਹਾ, ਜਿਹਦੇ ਵਿੱਚ ਭਾਜਪਾ ਵੀ ਉਹਨਾਂ ਦਾ ਸਾਥ ਜਿਹੜਾ ਦੇ ਰਹੀ ਆ। ਔਰ ਸਿੱਧੂ ਸਾਹਿਬ ਇਹ ਵੀ ਗੱਲ ਬੜੀ ਹੈਰਾਨੀ ਦੀ, ਅੱਜ ਤੱਕ ਕਿਸੇ ਵੀ ਜਥੇਬੰਦੀ ਨੇ ਉਦਾਂ ਜ਼ਰੂਰ ਇਹ ਗੱਲ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ, ਪਰ ਕੋਈ ਇਹੋ ਜਿਹਾ ਪ੍ਰੋਗਰਾਮ ਕਦੇ ਉਲੀਕਿਆ ਨਹੀਂ ਆ ਕਿ ਹਾਂ ਵੀ ਕੇਂਦਰ ਦੇ ਉੱਤੇ ਦਬਾਅ ਪਾਇਆ ਜਾਵੇ। ਹੁਣ ਇਹ ਮਤਾ ਜਿਹੜਾ ਪਾਸ ਕਰ ਦਿੱਤਾ ਗਿਆ, ਹੁਣ ਤੁਹਾਡਾ ਪ੍ਰਸ਼ਨ ਸੀ ਕਿ ਹਾਂ ਵੀ ਇਹ ਜਿਹੜੇ ਮਤੇ ਪਾਸ ਕੀਤੇ ਗਏ ਆ ਇਹਨੂੰ ਕੇਂਦਰ ਜਾਂ ਪੰਜਾਬ ਸਰਕਾਰ ਕੀ ਕਿੰਨੀ ਕੁ ਗੰਭੀਰਤਾ ਨਾਲ ਲਏਗੀ, ਕਿ 20 ਸਤੰਬਰ ਤੱਕ ਉਸ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਛੱਡ ਦੇਣਗੇ ਕਿ ਨਹੀਂ ਛੱਡਣਗੇ, ਪ੍ਰਸ਼ਨ ਇਹ ਹੈਗਾ। ਸਿੱਧੂ ਸਾਹਿਬ ਜੇਕਰ ਬੀਤੇ ਸਮੇਂ ਦੀ ਤੁਸੀਂ ਗੱਲ ਵੇਖ ਲਓ ਕਿ ਜਿਹੜੀ ਕੇਂਦਰ ਸਰਕਾਰ ਆ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ 2 ਵਾਰੀ ਪ੍ਰਧਾਨ ਮੰਤਰੀ ਦਫ਼ਤਰ ਦੇ ਨਾਲ ਮੁਲਾਕਾਤ ਸਭਾ ਮੰਗਿਆ, ਪ੍ਰਧਾਨ ਮੰਤਰੀ ਸਾਹਿਬ ਨੇ ਸਭਾ ਨੇ ਦਿੱਤਾ ਉਲਟਾ, ਗ੍ਰਹਿ ਮੰਤਰਾਲੇ ਨੇ ਸਮਾਂ ਦੇ ਦਿੱਤਾ, ਕਿਹਾ ਕਿ ਅਮਿਤ ਸ਼ਾਹ ਹੁਣਾਂ ਨਾਲ ਗੱਲ ਕਰੋ। ਉਹਨਾਂ ਵੱਲੋਂ ਸਮਾਂ ਦੇਣ ਦੇ ਬਾਵਜੂਦ ਇੱਕ ਦਿਨ ਬਾਅਦ ਉਹ ਸਮਾਂ ਜਿਹੜਾ ਜਿੱਦਣ ਮਿਲਣਾ ਸੀ ਇੱਕ ਦਿਨ ਪਹਿਲਾਂ ਸਭਾ ਰੱਦ ਕਰ ਦਿੱਤਾ ਜਾਂਦਾ, ਭਾਵ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਆ ਇਸ ਵੇਲੇ ਸਿੱਖ ਮਸਿਆਂ ਨੂੰ ਔਰ ਖਾਸ ਤੌਰ 'ਤੇ ਇਹੋ ਜਿਹੜੇ ਪੰਥਕ ਮੁੱਦੇ ਨੇ ਜਿਹਨਾਂ ਨੂੰ ਲੈ ਕੇ ਚਾਹੇ ਸ਼੍ਰੋਮਣੀ ਅਕਾਲੀ ਦਲ ਲੜਾਈ ਦਾ ਰਿਹਾ, ਚਾਹੇ ਆਹ ਜਿਹੜੇ ਜਥੇਬੰਦੀ ਜਿਹੜੇ ਨਵੇਂ ਉੱਥੇ ਨੇ ਇਹ ਲੜਾਈ ਦਾ ਕਿ ਇਹਨਾਂ ਨੂੰ ਇੰਨੀ ਗੰਭੀਰਤਾ ਦੇ ਨਾਲ ਉਹ ਲੈ ਨਹੀਂ ਰਹੀ, ਤਾਂ ਮੈਨੂੰ ਨਹੀਂ ਲੱਗਦਾ ਕਿ ਆਹ ਵਾਰਸ ਪੰਜਾਬ ਦੀ ਜਥੇਬੰਦੀ ਦੇ ਜਿਹੜੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਜਿਹੜਾ ਕੱਲ੍ਹ ਦੀ ਸਿਆਸੀ ਕਾਨਫਰੰਸ ਜਿਹੜੀ ਕੀਤੀ ਗਈ ਆ ਉਹਨਾਂ ਦੇ ਮਤਿਆਂ ਨੂੰ ਲੈ ਕੇ ਕੋਈ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਜਿਹੜੀ ਕੋਈ ਗੰਭੀਰ ਹੋਵੇ। ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਬੀਤੇ ਸਮੇਂ ਦੇ ਵਿੱਚ 2 ਜਾਂ 3 ਸਮਗਲਰ ਹੋਰ ਫੜੇ ਆ ਜਿਹਨਾਂ ਨੂੰ ਚੁੱਕ ਕੇ ਅਗਲੇ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪਹੁੰਚਾ ਦਿੱਤਾ, ਭਾਵ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਇਸ ਮੁੱਦੇ 'ਤੇ ਮੈਨੂੰ ਨਹੀਂ ਲੱਗਦਾ ਕਿ ਇਸ ਜਥੇਬੰਦੀ ਨੂੰ ਕੋਈ ਅਜਿਹਾ
ਪ੍ਰਭਾਵ ਦੇਵੇ ਕਿ ਹਾਂ ਭਈ ਉਹਨਾਂ ਦੇ ਕਹਿਣ ਦੇ ਅਨੁਸਾਰ ਅਜਿਹਾ ਕੁਝ ਹੋ ਗਿਆ। ਪਰ ਸਿੱਧੂ ਸਾਹਿਬ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਜਿਹੜੀ ਕੱਲ੍ਹ ਹੋਈ ਉਹਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਹੋਣਾ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਤਾਂ ਨਹੀਂ ਲਿਆ, ਪਰ ਟੇਢੇ ਤਰੀਕੇ ਦੇ ਨਿਸ਼ਾਨੇ ਜਿਹੜੇ ਨੇ ਉਹ ਜ਼ਰੂਰ ਸਾਡੇ ਜਿਹੜੀਆਂ ਗੱਲਾਂ ਬਾਤਾਂ ਜੋ ਸਾਹਮਣੇ ਜਿਹੜੀਆਂ ਆ ਰਹੀਆਂ। ਉਹਨਾਂ ਨੇ ਕਿਹਾ ਕਿ ਵੇਖ ਲਓ ਕਿ ਇੱਕ ਦਿਨ 'ਚ ਕੋਈ ਨੇਤਾ ਜਿਹੜਾ ਉਹ ਨਹੀਂ ਬਣ ਸਕਦਾ, ਨੰਬਰ ਤੋਂ ਜਿਹੜਾ ਨੇਤਾ ਬਣਾ ਆਪਣੀ ਹੀ ਰਿਹਾਈ ਦੀ ਜਿਹੜੀ ਮੰਗ ਕਰ ਰਿਹਾ। ਸੋ ਇਹੋ ਜਿਹੀਆਂ ਜੇਕਰ ਗੱਲਾਂ ਆਪਸ ਦੇ ਵਿੱਚ ਹੀ ਹੋਣਗੀਆਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਅਸਲ ਪੰਥਕ ਪਾਰਟੀ ਦੱਸਦਾ, ਦੂਜੇ ਪਾਸੇ ਆ ਜਿਹੜੇ ਵਾਰਸ ਪੰਜਾਬ ਦੇ ਜਥੇਬੰਦੀ ਵਾਲੇ ਬੰਦੇ ਨੇ ਭਾਈ ਅੰਮ੍ਰਿਤਪਾਲ ਦੇ ਸਮਰਥਕ, ਇਹ ਕਹਿੰਦੇ ਨੇ ਕਿ ਸਾਥੋਂ ਵੱਡਾ ਕੋਈ ਪੰਥਕ ਹੀ ਕੋਈ ਨਹੀਂ, ਅਸੀਂ ਨਸ਼ਿਆਂ ਦੇ ਛਡਾਉਣ ਤੋਂ ਬੜਾ ਕੰਮ ਕੀਤਾ, ਅਸੀਂ ਹੀ ਪੰਥਕ ਸੋਚ ਰੱਖਣ ਵਾਲੇ ਹਾਂ। ਆਹ ਜਿਹੜੀ ਭਰਾ ਮਾਰੂ ਜੰਗ ਜਿਹੜੀ ਸਿੱਧੂ ਸਾਹਿਬ ਪੰਜਾਬ 'ਚ ਜਿਹੜੀ ਸ਼ੁਰੂ ਹੋ ਰਹੀ ਆ, ਇਹ ਅਸੀਂ ਕਹਿ ਸਕਦੇ ਕਿ ਸ਼੍ਰੋਮਣੀ ਅਕਾਲੀ ਦਲ ਵਾਸਤੇ ਜਿਹੜੀ ਆ ਉਹ ਠੀਕ ਕਿਸੇ ਵੀ ਸੂਰਤ ਵਿੱਚ ਨਹੀਂ ਆਖੀ ਜਾ ਸਕਦੀ। ਮਾਝੇ ਤੋਂ ਭਰਵੇਂ ਲੋਕਾਂ ਦਾ ਇਸ ਇਕੱਠ ਵਿੱਚ ਸ਼ਾਮਿਲ ਹੋਣਾ ਆਪਣੇ ਆਪ ਦੇ ਵਿੱਚ ਇਹ ਦਰਸਾਉਂਦਾ ਕਿ ਸਿੱਧੂ ਸਾਹਿਬ ਅਜਿਹੀ ਸੋਚ ਜਾਂ ਅਜਿਹੀ ਸੁਰ ਰੱਖਣ ਵਾਲੇ ਲੋਕ ਹਨ ਕਿ ਜਿਹੜੇ ਇਹ ਚਾਹੁੰਦੇ ਨੇ ਕਿ ਹਾਂ ਭਈ ਮਾਹੌਲ ਜਿਹੜਾ ਜਾਂ ਇਹੋ ਜਿਹਾ ਹੋਵੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਥੋਂ ਸਾਰਾ ਕੁਝ ਖੋਹ ਕੇ ਪੰਥਕ ਜਥੇਬੰਦੀ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੇ ਹੱਥ ਆਵੇ, ਤਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਹੋਣ ਦੀ ਲੜਾਈ ਲੜਦਾ ਪਿਆ। ਸੋ ਇਹ ਜੋ ਕੁਝ ਹੋਇਆ ਇਹ ਸ਼੍ਰੋਮਣੀ ਅਕਾਲੀ ਦਲ ਵਾਸਤੇ ਅਸੀਂ ਇੱਕ ਚੰਗਾ ਸ਼ਗਨ ਜਿਹੜਾ ਉਹ ਸਿੱਧੂ ਸਾਹਿਬ ਨਹੀਂ ਕਹਿ ਸਕਦੇ। ਬਾਕੀ ਇਸ ਜਥੇਬੰਦੀ ਦੀ ਪੰਥਕ ਇਕੱਤਰਤਾ ਨੂੰ ਕਿੰਨੀ ਕੁ ਤਰਜੀਹ ਦਿੱਤੀ ਹੈ ਬੀਤੇ ਸਮੇਂ 'ਚ ਕੇਂਦਰ ਸਰਕਾਰ ਨੇ, ਉਹ ਤਾਂ ਸਾਰਿਆਂ ਦੇ ਸਾਹਮਣੇ ਆ ਕਿ ਅਗਲੇ ਨੇ ਸਹੁੰ ਚੁਕਾਤੀ, ਸਹੁੰ ਚੁਕਾ ਕੇ ਬੰਦਾ ਫਿਰ ਅਗਲੇ ਨੇ ਡਿੱਗੂਗਰ ਜੇਲ੍ਹ 'ਚ ਭੇਜ ਦਿੱਤਾ। ਠੀਕ ਆ, ਸਿਆਸੀ ਕਾਨਫਰੰਸਾਂ 'ਚ ਅਜਿਹੇ ਬਿਆਨਬਾਜ਼ੀਆਂ ਹੁੰਦੀਆਂ ਨੇ, ਪਰ ਜੇਕਰ ਅਜਿਹੇ ਬਿਆਨਬਾਜ਼ੀਆਂ ਕੇਂਦਰ ਜਾਂ ਰਾਜ ਸਰਕਾਰਾਂ ਅਸਰ ਲੈਣ ਲੱਗਣ ਤਾਂ ਫਿਰ ਤਾਂ ਸਿੱਧੂ ਸਾਹਿਬ ਉਹਨਾਂ ਨੇ ਰਾਜ ਕਰ ਲਏ। ਬਾਕੀ ਹਾਂ, ਇਹ ਗੱਲ ਜ਼ਰੂਰ ਆ ਕਿ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਸ ਤਰੀਕੇ ਦਾ ਉਭਾਰ ਜਿਹੜਾ ਆ ਉਹ ਅਸੀਂ ਕਹਿ ਸਕਦੇ ਕਿ ਉਹ ਠੀਕ ਨਹੀਂ ਹੈਗਾ ਜੀ। ਨਹੀਂ ਬਿਲਕੁਲ। ਉਧਰ ਅੱਜ ਕੁੰਡੀਆਂ ਦੇ ਸਿੰਘ ਜਿਹੜੇ ਫਸਣੇ ਆ, ਸੰਤ ਲੌਂਗੋਵਾਲ ਦੀ ਜਿਹੜੀ ਅੱਜ ਬਰਸੀ ਹੈ, ਉੱਥੇ ਸ਼ਹੀਦੀ ਕਾਨਫਰੰਸਾਂ ਜਿਹੜੀਆਂ ਹੋਣੀਆਂ ਨੇ, ਔਰ ਬਾਗੀ ਧੜੇ ਦੀ ਔਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਧੜੇ ਦੀ ਅਲੱਗ ਅਲੱਗ ਪ੍ਰੈਸ ਜਿਹੜੀ ਇਹ ਕਾਨਫਰੰਸ ਹੋਣੀ ਹੈ, ਔਰ ਕੁਝ ਹੀ ਦੂਰੀ ਤੇ ਜਿਹੜੀਆਂ ਸਟੇਜਾਂ ਲੱਗਣੀਆਂ ਨੇ। ਅੱਜ ਇਹ ਖਿੱਚ ਰਹੂਗੀ ਕਿ ਭਾਈ ਕਿਹਦੀ ਸਟੇਜ ਤੇ ਜ਼ਿਆਦਾ ਜਿਹੜਾ ਉਹ ਇਕੱਠ ਰਹਿੰਦਾ, ਕਿਹਦੀ ਸਟੇਜ ਤੇ ਜ਼ਿਆਦਾ ਲੋਕ ਜਿਹੜੇ ਆ ਲੋਕ ਪਹੁੰਚਦੇ ਆ ਜਿਹਦੇ ਪ੍ਰੋਗਰਾਮ ਦੇ ਵਿੱਚ, ਇਹ ਚੀਜ਼ਾਂ ਜਿਹੜੀਆਂ ਉਹ ਕਾਫੀ ਦੇਖਣ ਨੂੰ ਮਿਲੀਆਂ। ਦੋਵਾਂ ਧੜਿਆਂ ਦਾ ਜਿਹੜਾ ਕਾਫੀ ਵੱਡੇ ਪੱਧਰ ਤੇ ਜ਼ੋਰ ਲੱਗਿਆ ਹੈ। ਸਿੱਧੂ ਸਾਹਿਬ, ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਅੱਜ ਦੋਵਾਂ ਧੜਿਆਂ ਦੀ ਜਿਹੜੀ ਅਗਲੀ ਪ੍ਰੀਖਿਆ ਜਿਹੜੀ ਹੈਗੀ ਹੈ, ਬਾਕੀ ਗੱਲ ਇੱਕ ਤੁਹਾਡੀ ਅੱਡੀ ਤੇ, ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਧੜੇ ਦੇ ਜ਼ਿਲ੍ਹਾ ਸੰਗਰੂਰ 'ਚ ਜਿੱਥੇ ਇਹ ਕਾਨਫਰੰਸਾਂ ਜਾਂ ਸਮਾਗਮ ਜਿਹੜੇ ਹੋਣੇ ਨੇ, ਕਦੇ ਸਿੱਧੂ ਸਾਹਿਬ ਇਹਦੇ ਉੱਤੇ ਢੀਂਡਸਾ ਪਰਿਵਾਰ ਤੇ ਸੁਰਜੀਤ ਸਿੰਘ ਬਰਨਾਲਾ ਗਰੁੱਪ ਦਾ ਜਿਹੜਾ ਜ਼ੋਰ ਆ, ਤੇ ਹੁਣ ਇਹ ਦੋਵੇਂ ਬੰਦੇ ਜਿਹੜੇ ਇੱਕ ਪਲੇਟਫਾਰਮ ਤੇ ਇਕੱਠੇ ਨੇ, ਹੁਣ ਜਿਹੜੇ ਬਾਕੀ ਅਕਾਲੀ ਦਲ ਵਾਲੇ ਬੰਦੇ ਨੇ ਜਿਹੜੀ ਉਹਨਾਂ ਦੀ ਸਟੇਜ ਦੇ ਉੱਤੇ, ਪ੍ਰੇਮ ਸਿੰਘ ਚੰਦੂ ਮਾਜਰਾ, ਬੀਬੀ ਜਗੀਰ ਕੌਰ, ਇਹੋ ਜਿਹੇ ਬੰਦੇ ਜਿਹੜੇ ਜਿਹੜੇ ਬੀਤੇ ਸਮੇਂ ਦੇ ਵਿੱਚ ਅਕਾਲੀ ਦਲ ਦੀ ਪਹਿਚਾਣ ਰਹੇ ਨੇ ਉਹ ਸਟੇਜ ਤੇ ਹੋਣਗੇ, ਤੇ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੀ ਸਟੇਜ ਲਾਈ ਜਾਣੀ ਆ ਉਹਨਾਂ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਹੋ ਸਕਦੇ ਆ, ਜਾਂ ਉਹ ਨਵੀਂ ਲੀਡਰਸ਼ਿਪ ਜਿਹੜੀ ਸਿੱਧੂ ਸਾਹਿਬ ਜਿਹੜੀ ਇਸ ਵੇਲੇ ਅਕਾਲੀ ਦਲ ਦੇ ਨਾਲ ਹੈਗੀ ਆ ਉਹ ਇਸ ਪਾਸੇ ਹੋਵੇ। ਤੇ ਹੁਣ ਫਰਕ ਤੇ ਇਹ ਵੇਖਣ ਵਾਲਾ ਕਿ ਲੋਕਾਂ ਨੇ ਕਿਹੜੇ ਪਾਸੇ ਜਾਣਾ ਜਿਹੜਾ ਰੁਕਿਆ ਅਖਤਿਆਰ ਕਰਦਾ, ਕਿਉਂਕਿ ਲੋਕ ਬੀਤੇ ਸਮੇਂ ਦੇ ਵਿੱਚ ਅਕਾਲੀ ਦਲ ਦੀ ਰਣਨੀਤੀ ਤੋਂ ਪੂਰਨ ਤੌਰ ਤੇ ਜਾਣੂ ਹੋ ਚੁੱਕੇ ਆ, ਔਰ ਬੀਤੇ ਸਮੇਂ 'ਚ ਜਿਹੋ ਜਿਹੀਆਂ ਘਟਨਾਵਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸੰਦਰਭ 'ਚ ਜਾਂ ਜਿਹੜੇ ਖੁਲਾਸੇ ਬੀਤੇ ਸਮੇਂ 'ਚ ਥੋੜ੍ਹੇ ਜਿਹੇ ਸਮੇਂ 'ਚ ਹੋਏ ਆ, ਤਾਂ ਉਸਦਾ ਅਸਰ ਜਿਹੜਾ ਸਿੱਧੂ ਸਾਹਿਬ ਅੱਜ ਦੀ ਇਸ ਕਾਨਫਰੰਸ ਤੇ, ਸ਼ਹੀਦੀ ਕਾਨਫਰੰਸ ਦੇ ਉੱਤੇ ਜ਼ਰੂਰ ਪੈਂਦਾ ਦਿਖਾਈ ਜਿਹੜਾ ਉਹ ਦੇ ਸਕਦਾ ਆ, ਕਿਉਂਕਿ ਲੋਕਾਂ ਨੂੰ ਜਿਸ ਤਰੀਕੇ ਨਾਲ ਪ੍ਰਦੀਪ ਕਲੇਰ ਦਾ ਬਿਆਨ ਸਾਹਮਣੇ ਆਉਂਦਾ ਜਾਂ ਬਹੁਤ ਕੁਝ ਏਦਾਂ ਦਾ ਹੋਇਆ ਖਟੜਾ ਦਾ ਬਿਆਨ ਆ ਗਿਆ, ਉਹਦੇ ਨਾਲ ਨਵੇਂ ਨਿੱਤ ਨਵੇਂ ਖੁਲਾਸਿਆਂ ਨੇ ਜ਼ਰੂਰ ਜਿਹੜਾ ਇੱਕ ਵਿੱਥ ਜਿਹੜੀ ਆ ਅਕਾਲੀ ਦਲ ਨੂੰ ਜਿਹੜੀ ਬਣਾਈ ਆ। ਤੇ ਦੂਜੇ ਪਾਸੇ ਬਾਗੀ ਅਕਾਲੀ ਦਲ ਤਾਂ ਪਹਿਲਾਂ ਹੀ ਇਸ ਚੀਜ਼ਾਂ ਨੂੰ ਲੈ ਕੇ ਕਮਰ ਕੱਸੇ ਜਾਂ ਕੱਸਦਾ ਰਿਹਾ, ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਤੁਹਾਨੂੰ ਟਾਰਗੇਟ ਕਰਦਾ ਰਿਹਾ। ਤੇ ਅੱਜ ਦੀ ਇਸ ਸ਼ਹੀਦੀ ਕਾਨਫਰੰਸ ਦੇ ਵਿੱਚ ਲੌਂਗੋਵਾਲ ਸਾਹਿਬ ਭਾਈ ਜੀ, ਤੇ ਲੌਂਗੋਵਾਲ ਦੀ ਕਾਨਫਰੰਸ ਜਿਹੜੀ ਹੋਏਗੀ ਤਾਂ ਉੱਥੇ ਤਾਂ ਇਹੋ ਜਿਹੇ ਜਿਹੜੇ ਵਿਅੰਗਾ ਕੱਸੇ ਜਾਂਦੇ ਖੁਲਾਸੇ ਵੀ ਜਿਹੜੇ ਉੱਥੇ ਹੋ ਸਕਦੇ ਆ।
ਸਿੱਧੂ ਸਾਹਿਬ ਮੈਨੂੰ ਯਾਦ ਆ ਕਿ ਜਦੋਂ ਅੱਜ ਤੋਂ ਕੋਈ 10 ਜਾਂ 15 ਸਾਲ ਪਹਿਲਾਂ ਜਦੋਂ ਇਹ ਕਾਨਫਰੰਸ ਹੁੰਦੀਆਂ ਸੀ ਉੱਥੇ ਹਰਚਰਨ ਸਿੰਘ ਲੌਂਗੋਵਾਲ ਦੀ ਸ਼ਹੀਦੀ ਬਰਸੀ ਦੇ ਸਮਾਗਮ ਦੇ ਵਿੱਚ ਤੇ ਕੇਂਦਰ ਦੇ ਕਈ ਨੇਤਾ ਜਿਹੜੇ ਨੇ ਉਹ ਉੱਥੇ ਸ਼ਾਮਿਲ ਹੁੰਦੇ ਹੁੰਦੇ ਸੀ। ਫਾਰੂਕ ਅਬਦੁੱਲਾ ਜੰਮੂ ਕਸ਼ਮੀਰ ਤੋਂ ਆਉਂਦੇ, ਲਾਲੂ ਪ੍ਰਸ਼ਾਦ ਯਾਦਵ, ਮੈਨੂੰ ਯਾਦ ਆ ਚੰਗੀ ਤਰ੍ਹਾਂ ਸਟੇਜ ਦੇ ਉੱਤੇ ਆ ਕੇ ਉਹ ਸ਼ਰਧਾਂਜਲੀਆਂ ਉਹਨਾਂ ਨੂੰ ਭੇਟ ਕੀਤੀਆਂ ਜਾਂਦੀਆਂ ਸੀ। ਪਰ ਅੱਜ ਤੁਸੀਂ ਦੇਖ ਲਓ ਕਿ ਅੱਜ ਅਕਾਲੀ ਦਲ ਦੀ ਹੀ ਦੋ ਧੜਿਆਂ 'ਚ ਆਪਣੀ ਜਿਹੜੀ ਆ ਇਹ ਕਾਨਫਰੰਸ ਜਿਹੜੀ ਹੋਣੀ ਹੈਗੀ ਹੈ, ਤਾਂ ਇਹ ਕਾਨਫਰੰਸ ਠੀਕ ਆ। ਬਾਕੀ ਧੜਾ ਵੀ ਇੰਨੀ ਗੱਲ ਕਹਿ ਰਿਹਾ, ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦਾ ਧੜਾ ਕਹਿ ਰਿਹਾ ਕਿ ਜਿੱਥੇ ਹਰਚਰਨ ਸਿੰਘ ਲੌਂਗੋਵਾਲ ਹੁਣਾਂ ਨੂੰ ਸ਼ਰਧਾਂਜਲੀ ਦੀ ਭੇਟ ਕਰਨ ਵਾਸਤੇ ਇਹ ਬਰਸੀ ਦੇ ਮੌਕੇ ਤੇ ਇਹ ਕੀਤੀ ਗਈ ਹੈ। ਪਰ ਅਸਲ ਦੇ ਵਿੱਚ ਇਹ ਕਾਨਫਰੰਸ ਆ ਦੋਵਾਂ ਦੀ ਅਗਲੀ ਪ੍ਰੀਖਿਆ ਤੇ ਆਪਣੀ ਹੋਂਦ ਨੂੰ ਦਰਸਾਉਣ ਦੀ ਆ ਕਿ ਹਾਂ ਵੀ ਕਿਹੜਾ ਸੱਚਾ ਅਕਾਲੀ ਦਲ ਲੋਕਾਂ ਲਈ ਪ੍ਰਵਾਨ ਜਾਂ ਲੋਕਾਂ ਦੇ ਮਨਾਂ ਦੇ ਵਿੱਚ ਕਿਸ ਨੂੰ ਪ੍ਰਵਾਨਗੀ ਜਿਹੜੀ ਮਿਲਦੀ ਨਜ਼ਰ ਆ ਰਹੀ ਆ। ਇਹ ਅੱਜ ਸਿੱਧੂ ਸਾਹਿਬ ਜ਼ਰੂਰ ਕਲੀਅਰ ਹੋ ਜਾਊਗਾ, ਕਿਉਂਕਿ ਜਥੇਦਾਰ ਹਰਚਰਨ ਸਿੰਘ ਲੌਂਗੋਵਾਲ ਦਾ ਜਦੋਂ ਕਤਲ ਹੁੰਦਾ ਤਾਂ ਉਸ ਵੇਲੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਤਾਂ ਉਸ ਮਗਰੋਂ ਜਿਹੋ ਜਿਹਾ ਵਰਤਾਰਾ ਵਾਪਰਿਆ ਸਾਰਿਆਂ ਦੇ ਸਾਹਮਣੇ ਆ। ਸੋ ਅੱਜ ਇਹ ਜਿਹੜੀ ਰੈਲੀ ਮਾਫ ਕਰਦਾ ਜਿਹੜੀ ਕਾਨਫਰੰਸ ਹੋਣੀ ਹੈ, ਇਹ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਨੂੰ ਔਰ ਦੋਵਾਂ ਦੇ ਅਸਤਿਤਵ ਨੂੰ ਜ਼ਰੂਰ ਜਿਹੜੀ ਆ ਨਿਰਧਾਰਿਤ ਕਰੂਗੀ। ਨਜ਼ਰਾਂ ਸਿੱਧੂ ਸਾਹਿਬ ਇਹਦੇ ਉੱਤੇ ਜ਼ਰੂਰ ਟਿੱਕੀਆਂ ਰਹਿਣ। ਚਲੋ ਮਾਨਸੀ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸਾਡੇ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।